ਵੀਰੋ, ਇੰਟਰਨੈਟ 'ਤੇ ਆਹ ਟਰੈਕਟਰ ਦੀਆਂ ਫੋਟੋਆਂ ਬਹੁਤ ਵਾਇਰਲ ਹੋ ਰਹੀਆਂ ਨੇ। ਕੋਈ ਇਹਨੂੰ ਗੋਲਡ ਐਡੀਸ਼ਨ, ਸਪੈਸ਼ਲ ਐਡੀਸ਼ਨ, ਤਰ੍ਹਾਂ ਤਰ੍ਹਾਂ ਦੇ ਨਾਮ ਦੇ ਰਹੇ ਨੇ। ਕਿੰਨੇ ਕੁ ਟਰੈਕਟਰ ਆਉਣੇ ਨੇ ਇਹ, ਉਹ ਸ਼ੋਅ ਦੇ ਵਿੱਚ ਆਊਗਾ ਜਾਂ ਬੰਦ ਹੋ ਗਿਆ, ਕੀ ਗੱਲਬਾਤ ਹੈ, ਸਾਰੀ ਕੀ ਕੀਮਤ ਹੈ? ਜਿਹੜਾ ਇਹ ਟਰੈਕਟਰ ਹੈ, ਇਹ ਲਿਮਿਟਡ ਐਡੀਸ਼ਨ ਹੈ। ਮਤਲਬ ਇਹਨੂੰ ਆਪਾਂ ਲਿਮਿਟਡ ਐਡੀਸ਼ਨ ਤਾਂ ਕਹਿ ਸਕਦੇ ਹਾਂ ਕਿਉਂਕਿ ਸਿਰਫ 200 ਟਰੈਕਟਰ ਬਣਾਇਆ ਕੰਪਨੀ ਨੇ ਇਹਦੇ ਨਾਲ ਦਾ। ਅਤੇ ਜਿਹੜੀਆਂ ਵੱਡੀਆਂ ਡੀਲਰਸ਼ਿਪਾਂ ਨੇ, ਜਿਵੇਂ ਇੱਥੇ ਸੁਨਾਮ ਦੇ ਵਿੱਚ, ਇੱਥੇ 4 ਟਰੈਕਟਰ ਦਿੱਤੇ ਨੇ, ਨਹੀਂ 2 ਤੋਂ ਵੱਧ ਟਰੈਕਟਰ ਇਹ ਕਿਸੇ ਡੀਲਰ ਨੂੰ ਮਿਲੇ ਨਹੀਂ। ਇਹਨੂੰ ਨਾ ਪਸੰਦ ਕਰਨ ਦਾ ਸਭ ਤੋਂ ਵੱਡਾ ਸੋਸ਼ਲ ਮੀਡੀਆ 'ਤੇ ਕੀ ਕਾਰਨ ਬਣਿਆ, ਜਿੱਥੋਂ ਤੱਕ ਮੈਂ ਐਨਾਲਾਈਜ਼ ਕੀਤਾ ਵੀ ਇਹਦੇ ਰਿੰਮਾਂ ਦਾ ਰੰਗ ਲੋਕਾਂ ਨੂੰ ਨਹੀਂ ਪਸੰਦ ਆਇਆ, ਇਹ 'ਤੇ ਜ਼ਿਆਦਾ ਕਮੈਂਟ ਕਰਦੇ ਨੇ, ਨਹੀਂ ਬਾਕੀ ਟਰੈਕਟਰ ਦੇ ਵਿੱਚ, ਜਿਵੇਂ ਆਹ ਤੁਸੀਂ ਦੇਖ ਲਿਓ ਬੈਟਰੀ ਦਾ ਕਵਰ ਜਾਂ ਆਹ ਸਟਿੱਕਰ, ਤਾਂ ਬਾਕੀ ਚੀਜ਼ਾਂ ਬਹੁਤ ਜ਼ਿਆਦਾ ਸੋਹਣੀਆਂ ਨੇ। ਕੀ ਕੀ ਚੇਂਜ ਕੀਤੇ ਨੇ? ਇੱਕ ਤਾਂ ਰਿੰਮਾਂ ਦਾ ਕਲਰ ਚੇਂਜ ਹੋ ਕੇ ਆ ਗਿਆ, ਇੱਕ ਆਹ ਲੋਗੋ, ਇਹ ਹੁਣ ਇਸ ਤਰ੍ਹਾਂ ਦਾ, ਅਤੇ ਪਹਿਲਾਂ ਉਹਦੇ ਤੁਸੀਂ ਦੇਖ ਸਕਦੇ ਹੋ ਰੈੱਡ ਕਲਰ ਦੇ ਵਿੱਚ, ਅਤੇ ਰਿੰਮਾਂ ਦਾ ਕਲਰ ਜਿਹੜਾ ਤੁਹਾਨੂੰ ਸਾਰਿਆਂ ਨੂੰ ਸ਼ਾਇਦ ਹੀ, ਬਹੁਤ ਘੱਟ ਲੋਕਾਂ ਨੂੰ ਪਸੰਦ ਆਇਆ ਇਹ। 50 ਸਾਲ ਪੂਰੇ ਹੋਣ ਦੀ ਖੁਸ਼ੀ ਦੇ ਵਿੱਚ ਆਇਆ ਇਹ। ਸਟਿੱਕਰ ਚੇਂਜ ਹੋ ਗਏ, ਸਟਿੱਕਰ ਕਰੋਮ ਫਿਨਿਸ਼ ਦੇ ਵਿੱਚ ਕਰਤੇ ਥੋੜ੍ਹਾ ਜਿਹਾ, ਅਤੇ ਧੋਨੀ ਦੇ ਸਿਗਨੇਚਰ ਆ ਗਏ ਇਹਦੇ ਉੱਤੇ। ਬਾਕੀ ਟਰੈਕਟਰ ਊਂ ਤਾਂ ਉਹੀ ਆ ਸਾਰਾ, ਅਤੇ ਆਹ ਸਟੀਅਰਿੰਗ ਦੇ ਉੱਤੇ ਲੋਗੋ ਸਵਰਾਜ ਦਾ ਇਸ ਤਰ੍ਹਾਂ ਗੋਲਡਨ 'ਚ ਦਿੱਤਾ, ਅਤੇ ਇੱਕ ਆਹ ਚੀਜ਼ ਲੋਕਾਂ ਨੇ ਬਹੁਤ ਪਸੰਦ ਕੀਤੀ ਆ, ਜਿਹੜਾ ਉੱਪਰੋਂ ਇਸ ਤਰ੍ਹਾਂ ਦਾ ਵਿਊ ਦਿੱਤਾ। ਅਤੇ ਜਿਹੜੇ ਇਹਦੇ ਸਾਈਡਾਂ 'ਤੇ ਮਗਰਾਟਾਂ 'ਤੇ ਇਹ ਲੱਗੇ ਹੋਏ ਨੇ, ਇਹਨਾਂ ਦਾ ਵੀ ਤੁਸੀਂ ਦੇਖ ਸਕਦੇ ਹੋ ਕਲਰ ਚੇਂਜ ਕਰਤਾ। ਅਤੇ ਬਾਕੀ ਰਿੰਮਾਂ ਦੇ ਕਲਰ ਤੋਂ ਤੁਹਾਨੂੰ ਟਰੈਕਟਰ ਬਹੁਤ ਘੱਟ ਲੋਕਾਂ ਨੂੰ ਜਚਿਆ। ਜੇ ਗੱਲ ਕਰੀਏ ਇਹਦੀ ਕੀਮਤ ਦੀ, ਤਾਂ ਥੋੜ੍ਹੀ ਬਹੁਤੀ ਜੀ ਮਾਈਨਰ ਜੀ ਕਹਿ ਦੀ, ਥੋੜ੍ਹੀ ਬਹੁਤੀ ਕੀਮਤ ਦੇ ਵਿੱਚ ਵਾਧਾ ਹੋਊ, ਕੋਈ ਜ਼ਿਆਦਾ ਨਹੀਂ। ਬਾਕੀ ਸਾਰਾ ਟਰੈਕਟਰ ਉਹੀ ਆ, ਅਤੇ ਆਹ ਬਿਊਟੀਆਂ ਤੁਸੀਂ ਟਰੈਕਟਰ ਦੀਆਂ ਦੇਖ ਸਕਦੇ ਹੋ। ਤਾਂ ਉੱਪਰੋਂ ਦੇਖੋ ਕਿੰਨਾ ਸੋਹਣਾ ਲੱਗਦਾ ਇੱਥੋਂ, ਇਹ ਲੁੱਕ ਹੈ ਸਾਰੀ ਟਰੈਕਟਰ ਦੀ। ਕਿਵੇਂ ਲੱਗਿਆ ਤੁਹਾਨੂੰ ਇਹ ਦੇਖਣ ਦੇ ਵਿੱਚ, ਜ਼ਰੂਰ ਦੱਸਿਓ ਵੀਡੀਓ। ਥੈਂਕ ਯੂ ਜੀ।